ਸਿਖਰ ਦੁਪਹਿਰੇ ਸੜਕ ਵਿਚਾਲੇ ਉਦੋਂ ਲੋਕਾਂ ਦੀ ਭੀੜ ਲੱਗ ਗਈ ਜਦੋਂ ਦੋ ਕੁੜੀਆਂ ਆਪਸ ਦੇ ਵਿੱਚ ਥੱਪੜੋ ਥੱਪੜੀ ਹੋਣ ਲੱਗ ਗਈਆਂ। ਸੜਕ ਦੇ ਵਿਚਾਲੇ ਹੀ ਇੱਕ ਦੂਜੇ ਦੇ ਵਾਲ ਪੁੱਟਣ ਲੱਗੀਆਂ ਤੇ ਕੁੱਟ ਕੁੱਟ ਕੇ ਇੱਕ ਦੂਜੇ ਨੂੰ ਸੜਕ ਤੇ ਹੀ ਲੰਮੇ ਪਾ ਬੈਠੀਆਂ। ਇਹ ਸਾਰਾ ਤਮਾਸ਼ਾ ਆਸੇ ਪਾਸੇ ਖੜੇ ਲੋਕ ਵੀ ਦੇਖ ਰਹੇ ਸਨ। ਇੱਥੋਂ ਤੱਕ ਕਿ ਲੋਕ ਵੀਡੀਓ ਵੀ ਬਣਾਉਣ ਲੱਗ ਗਏ, ਪਰ ਇਹ ਕੁੜੀਆਂ ਜਿਹੜੀਆਂ ਨੇ ਆਪਸ ਚ ਲੜਨ ਚ ਇੰਨੀਆਂ ਮਸਤ ਸੀ, ਨਾ ਤੇ ਇਹਨਾਂ ਨੇ ਆਸੇ ਪਾਸੇ ਦੇਖਿਆ ਤੇ ਨਾ ਹੀ ਦੇਖਿਆ ਕਿ ਕਿੱਥੇ ਭਿੜ ਰਹੀਆਂ ਨੇ। ਹਾਲਾਂਕਿ ਇਹਨਾਂ ਨੂੰ ਛੁਡਾਉਣ ਦੇ ਲਈ ਲੜਕਾ ਵੀ ਆਉਂਦਾ ਆ, ਕੋਸ਼ਿਸ਼ ਕੀਤੀ ਜਾਂਦੀ ਇਹਨਾਂ ਨੂੰ ਛੁਡਾਉਣ ਦੀ, ਪਰ ਫਿਰ ਵੀ ਇਹ ਹਟਦੀਆਂ ਨਹੀਂ ਹੈ। ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ, ਜੋ ਕਿ ਕਾਂਗੜਾ ਦੀ ਦੱਸੀ ਜਾ ਰਹੀ ਹੈ। ਕਾਂਗੜਾ ਦੇ ਨਗਰ ਪੰਚਾਇਤ ਜਵਾਲੀ ਦੀ ਇਹ ਵੀਡੀਓ ਹੈ, ਜਿੱਥੇ ਕੈਰੀਅਰ ਚੌਕ ਦੇ ਵਿੱਚ ਇਹ ਦੋਵੇਂ ਕੁੜੀਆਂ ਕਾਫੀ ਦੇਰ ਤੱਕ ਭਿੜਦੀਆਂ ਰਹੀਆਂ ਨੇ, ਇੱਕ ਦੂਜੇ ਦੇ ਵਾਲ ਧੁੰਦੀਆਂ ਰਹੀਆਂ ਨੇ, ਮੂੰਹ ਤੇ ਚਪੇੜਾਂ ਮਾਰੀਆਂ ਨੇ। ਲੋਕ ਇਹਨਾਂ ਨੂੰ ਹਟਾਉਣ ਵੀ ਆਏ, ਪਰ ਇਹ ਹਟੀਆਂ ਨਹੀਂ ਤੇ ਕਾਫੀ ਦੇਰ ਤੱਕ ਇਸੇ ਤਰ੍ਹਾਂ ਸੜਕ ਤੇ ਗੁੱਥਮ ਗੁੱਥੀ ਹੁੰਦੀਆਂ ਰਹੀਆਂ ਨੇ। ਇੱਥੋਂ ਤੱਕ ਕਿ ਕੁੱਟ ਕੁੱਟ ਕੇ ਇੱਕ ਦੂਜੇ ਨੂੰ ਲੰਮੇ ਤੱਕ ਪਾਤਾ। ਇਹਨਾਂ ਦੇ ਵਿੱਚੋਂ ਇੱਕ ਜਿਸਨੇ ਚੂੜਾ ਪਹਿਨਿਆ ਹੋਇਆ ਹੈ, ਨਵੀਂ ਵਿਆਹੀ ਕੁੜੀ ਹੈ ਤੇ ਨਾਲ ਉਸਦੀ ਇੱਕ ਹੋਰ ਲੜਕੀ ਹੈ। ਦੋਨਾਂ ਦੇ ਵਿੱਚ ਹੀ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਬਹਿਸ ਹੁੰਦੀ ਹੈ ਤੇ ਫਿਰ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਤੇ ਦੋਵੇਂ ਸੜਕ ਵਿਚਾਲੇ ਹੀ ਭਿੜਨਾ ਸ਼ੁਰੂ ਕਰ ਦਿੰਦੀਆਂ ਨੇ। ਤਸਵੀਰਾਂ ਦੇਖੋ ਕਿਵੇਂ ਇੱਕ ਦੂਜੇ ਦੇ ਵਾਲ ਧੂਰੀਆਂ ਨੇ। ਪੂਰੀ ਲੜਾਈ ਦੇ ਵਿੱਚ ਇਹਨਾਂ ਦੋਵਾਂ ਨੇ ਇੱਕ ਦੂਜੇ ਦੇ ਵਾਲ ਨਹੀਂ ਛੱਡੇ, ਆਪਸ ਵਿੱਚ ਬਹਿਸ ਕਰਦੀਆਂ ਰਹੀਆਂ ਨੇ, ਪਰ ਵਾਲ ਫੜ ਕੇ ਕਾਫੀ ਦੇਰ ਤੱਕ ਇੱਕ ਝਗੜਾ ਇਸੇ ਤਰ੍ਹਾਂ ਸੜਕ ਤੇ ਚੱਲਦਾ ਰਿਹਾ। ਆਸੇ ਪਾਸਿਓਂ ਗੱਡੀਆਂ ਲੰਘਦੀਆਂ ਰਹੀਆਂ, ਬੱਸਾਂ ਲੰਘਦੀਆਂ ਰਹੀਆਂ, ਪਰ ਇਹਨਾਂ ਨੇ ਕਿਸੇ ਵੱਲ ਨਹੀਂ ਦੇਖਿਆ, ਬਲਕਿ ਆਪਣੇ ਲੜਨ ਦੇ ਵਿੱਚ ਲੱਗੀਆਂ ਰਹੀਆਂ। ਉਧਰ ਨਾਲ ਆਏ ਮੁੰਡਿਆਂ ਦੀ ਵੀ ਆਪਸ 'ਚ ਲੜਾਈ ਹੋ ਜਾਂਦੀ ਹੈ, ਪਰ ਫਿਰ ਵੀ ਇਹ ਕੁੜੀਆਂ ਇੱਕ ਦੂਜੇ ਦੇ ਵਾਲ ਨਹੀਂ ਛੱਡਦੀਆਂ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਇਸੇ ਲਈ ਵਾਇਰਲ ਹੋ ਰਹੀ ਹੈ ਕਿ ਕੁੜੀਆਂ ਦੀ ਇੰਨੀ ਜ਼ਬਰਦਸਤ ਲੜਾਈ, ਜਿਹਦੇ ਵਿੱਚ ਨਾ ਤੇ ਉਹਨਾਂ ਨੇ ਲੋਕਾਂ ਦਾ ਲਿਹਾਜ ਕੀਤਾ ਤੇ ਨਾ ਹੀ ਇਸ ਗੱਲ ਦਾ ਕਿ ਉਹ ਸੜਕ ਤੇ ਖੜੀਆਂ ਨੇ ਤੇ ਇੱਕ ਦੂਜੇ ਦੇ ਵਾਲ ਪੁੱਟ ਰਹੀਆਂ ਨੇ, ਥੱਪੜ ਮਾਰ ਰਹੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਕਾਂਗੜਾ ਦੇ ਹੀ ਜਵਾਲੀ ਦੇ ਵਿੱਚ ਕੈਰੀਅਰ ਚੌਂਕ ਦੀ ਇਹ ਵੀਡੀਓ ਹੈ। ਜੋ ਲੋਕ ਇੱਥੇ ਤਮਾਸ਼ਾ ਦੇਖ ਰਹੇ ਸਨ ਤਾਂ ਉਹਨਾਂ ਦੇ ਵੱਲੋਂ ਹੀ ਇਹ ਵੀਡੀਓ ਬਣਾਈ ਗਈ ਤੇ ਕਈ ਥਾਵਾਂ ਤੇ ਸੋਸ਼ਲ ਮੀਡੀਆ ਤੇ ਵੀਡੀਓ ਹੁਣ ਵਾਇਰਲ ਵੀ ਹੋ ਰਹੀ ਹੈ। ਹਾਲਾਂਕਿ ਇਹ ਝਗੜਾ ਕਾਫੀ ਦੇਰ ਤੱਕ ਚੱਲਦਾ ਰਿਹਾ ਹੈ, ਕਿਸੇ ਗੱਲ ਨੂੰ ਲੈ ਕੇ ਹੀ ਬਹਿਸ ਹੁੰਦੀ ਹੈ ਤੇ ਫਿਰ ਇਹ ਦੋਵੇਂ ਹੱਥੋਂ ਪਾਈ ਤੇ ਉੱਤਰ ਆਉਂਦੀਆਂ। ਇਹਨਾਂ ਕੁੜੀਆਂ ਦੀ ਲੜਾਈ ਦੇਖਣ ਲਈ ਲੋਕਾਂ ਦੀ ਵੀ ਭੀੜ ਲੱਗ ਜਾਂਦੀ ਹੈ। ਕਈਆਂ ਦੇ ਵੱਲੋਂ ਤਾਂ ਇਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ, ਪਰ ਵੀਡੀਓ ਦੇਖੋ ਕਿ ਦੋਵੇਂ ਇੱਕ ਦੂਜੇ ਨੂੰ ਛੱਡਣ ਲਈ ਤਿਆਰ ਹੀ ਨਹੀਂ ਹੈ। ਪੂਰੀ ਲੜਾਈ ਦੇ ਵਿੱਚ, ਪੂਰੀ ਵੀਡੀਓ ਦੇ ਵਿੱਚ ਦੋਵਾਂ ਨੇ ਇੱਕ ਦੂਜੇ ਦੇ ਵਾਲ ਫੜੀ ਰੱਖੇ ਨੇ, ਪੁੱਟਦੀਆਂ ਰਹੀਆਂ ਨੇ, ਮੂੰਹ ਤੇ ਥੱਪੜ ਮਾਰਦੀਆਂ ਰਹੀਆਂ ਨੇ ਅਤੇ ਇੱਥੋਂ ਤੱਕ ਕਿ ਕੁੱਟ ਕੁੱਟ ਕੇ ਇਸੇ ਸੜਕ ਤੇ ਲੰਮੇ ਵੀ ਪਈਆਂ ਨੇ, ਪਰ ਫਿਰ ਵੀ ਇਹ ਲੜਨੋਂ ਨਹੀਂ ਹਟੀਆਂ। ਕਾਫੀ ਦੇਰ ਬਾਅਦ ਲੋਕਾਂ ਦੇ ਵੱਲੋਂ ਆ ਕੇ ਇਹਨਾਂ ਕੁੜੀਆਂ ਨੂੰ ਛੁਡਾਇਆ ਜਾਂਦਾ ਹੈ ਤੇ ਫਿਰ ਇੱਕ ਦੂਜੇ ਨੂੰ ਛੱਡਦੀਆਂ ਨੇ ਤੇ ਉੱਥੋਂ ਨਿਕਲ ਜਾਂਦੀਆਂ ਨੇ।